लेटेस्ट अपडेट्स के लिए सब्सक्राइब करें नेशनल बस और साथ ही दबाएं बेल आइकन। जालंधर से फिरोजपुर गाड़ी नंबर 54643 जब रेलवे स्टेशन मक्खू पहुंची तो गाड़ी में सफर कर रहे सवारियों ने देखा कि एक आदमी गाड़ी में माचिस जलाकर आग जला रहा है। लोगों ने उसी वक्त उसे पकड़ लिया और रेलवे विभाग के हवाले कर दिया, जिसे फिरोजपुर छावनी रेलवे स्टेशन पर रेलवे पुलिस के हवाले कर दिया गया। SHO बलविंदर सिंह ने बताया कि RPF स्टाफ ने उन्होंने सानू ले आके दिता, उन्होंने दसा गाड़ी नंबर 54643 दे गार्ड साहब उन्होंने बंदा दे के गए स्टेशन ते ਉਹ ਲੈ ਕੇ ਆਏ ਤੇ ਉਹਦੇ ਕੋਲ ਇੱਕ ਇੰਡੀਅਨ ਪਾਸਪੋਰਟ ਹੈ, ਇਹ ਵੈਰੀਫਾਈ ਕਰ ਰਹੇ ਵੀ ਕਿਹਦਾ ਪਾਸਪੋਰਟ ਹੈ ਤੇ ਹੋਰ ਕੁਛ ਰੱਦੀ ਸਮਾਨ ਆਧਾਰ ਕਾਰਡ ਤੇ ਵਗੈਰਾ ਮਿਲੇ ਹੈ ਤੇ ਇਹਦੀ ਵੈਰੀਫਾਈ ਕਰ ਰਹੇ ਵੀ ਬੰਦਾ ਕਿੱਥੋਂ ਦਾ ਰਹਿਣ ਵਾਲਾ। ਇਹ ਦੱਸਦਾ ਮੈਂ ਅੰਮ੍ਰਿਤਸਰ ਦਾ ਜ਼ਿਲ੍ਹੇ ਦਾ ਰਹਿਣ ਵਾਲਾ, ਲੇਕਿਨ ਜਾਮਪਾਲ ਛੋਟੇ ਹੁੰਦੇ ਮੈਂ ਇੱਥੇ ਚਲੇ ਗਿਆ ਸੀਗਾ ਤੇ ਸਰਸਾ ਜ਼ਿਲ੍ਹੇ 'ਚ ਦੱਸਦਾ ਅਰਨੀਆ ਥਾਣੇ 'ਚ ਜੀਵਨ ਨਗਰ 'ਚ ਰਹਿੰਦਾ, ਬਾਕੀ ਵੈਰੀਫਾਈ ਕਰ ਰਹੇ ਹਾਂ। ਦੱਸਣ ਵਧਾਰ ਕਰੀ ਮਾਸਕਸ ਵਗੈਰਾ ਸੀ ਉੱਥੇ, ਬਾਕੀ RPF ਆਪਾਂ ਹੁਣੇ ਲੈ ਕੇ ਆਏ ਹਾਂ, ਬਾਕੀ ਵੈਰੀਫਾਈ ਕਰਦੇ ਹਾਂ। ਹਾਂ ਮੇਰੇ ਕੋਲ ਨਹੀਂ, ਮੇਰੇ ਕੋਲ ਤਾਂ RPF ਦੇ ਜਵਾਨ ਲੈ ਕੇ ਆਏ ਹੁਣੇ, ਨਹੀਂ ਜੀ ਇਹਦੇ ਨਾਲ ਕੋਈ ਟ੍ਰੇਨ ਗੱਲ ਨਹੀਂ ਹੁੰਦੀ ਸੰਧਗੜ੍ਹ ਦੇ ਨਾਲ। ਨੈਸ਼ਨਲ ਬਸ ਕੇ ਲਿਏ ਫਿਰੋਜ਼ਪੁਰ ਸੇ ਪੰਕਜ ਕੁਮਾਰ ਕੀ ਰਿਪੋਰਟ। ਨੈਸ਼ਨਲ ਬਸ ਪਰ ਲੇਟੈਸਟ ਨਿਊਜ਼ ਔਰ ਐਂਟਰਟੇਨਮੈਂਟ ਵੀਡੀਓਜ਼ ਦੇਖਨੇ ਕੇ ਲਿਏ ਸਬਸਕ੍ਰਾਈਬ ਕਰੇਂ, ਲਾਈਕ ਕਰੇਂ, ਕਮੈਂਟ ਕਰੇਂ ਔਰ ਸ਼ੇਅਰ ਕਰੇਂ। ਥੈਂਕਸ ਫਾਰ ਵਾਚਿੰਗ।